ਮੇਰਾ ਪੁੱਤਰ ਗਾਲ ਹੀ ਮੈਂ ਤੇਰੀ ਹੁਣ ਪੁੱਤਰ ਸ਼ਾਦੀ ਕਰਨੇ ਤੇ ਕੋਈ ਰਿਸ਼ਤਾ ਸ਼ਿਸ਼ਤਾ ਲੱਭੂ ਤੇਰੇ ਵਾਸ ਕਿਤੇ ਮੈਂ ਆ ਪੈਸੇ ਕਮਾਉਣ ਜਲਦੀ ਜਲਦੀ ਕਰਵਾਵਣੇ ਸ਼ਾਬਾਸ਼ ਮੇਰਾ ਪੁੱਤ ਤੁਹਾਡਾ ਰਗੜਾ ਕਰ ਚਲੋ ਪੁੱਤਰ ਬਾਹਰ ਆ ਠੀਕ ਹੈ ਬਾਹਰ ਚਲੋ ਪੁੱਤਰ ਮੈਂ ਮਾਰ ਸਾਹਿਬ ਨੰਬਰ ਮਿਲਾ ਨਾ ਗਾਲ ਕਰੇ ਨਾ ਅੱਛਾ ਬੁਝਿਆ ਚਲੋ ਠੀਕ ਹੈ ਤੇਰੇ ਰਿਸ਼ਤੇ ਦੀ ਗਾਲ ਕਰੇ ਨੂੰ السلام علیکم مار صاحب وعلیکم السلام مار صاحب کی میں فون کیتے ہیں ہلو مار صاحب کوئی کام آئی ہوئے وال کال کیتے ہیں تے نہیں وال میرے دیرے تے وہ کوئی بات تراڑ لاؤں کوئی نہیں گال بات کوئی اور پر ہو دی گال آ مار صاحب وال ودے کیڑی جاتے ہیں نا کھڑے کو ہاں مار صاحب میں ادھر کی زمین کرن گیا ودا चलो मार साहब आवन वाल मैं मैं रखबे कोल बैठा चलो ठीक है नहीं आवन चलो मार साहब मैं आंदा पिया वाल उठे मिलता थे चलो ठीक है السلام علیکم وعلیکم السلام مار صاحب وعلیکم السلام بیا خیر ہے کی ٹھیک ہو تے ٹھیک ہے مار صاحب باو باو سنو باو چلو باو چلو باو ایدو مٹکے پانی چاہ بوتل دے انتظام کیتے بیٹھے چاہ بوتل دا انتظام دیر سہی سب خیر ہے پدرا دے رے لگ بس یار میں پدرا تے دو ایسے بیٹھے رہ گئے سو والی نکا کے وال میرے رلے بھائی گئے چلو مل کوئی ان لوگ گال بعد میں گال بند کران بھائی سے تے ਬਿਆਹ ਸੁਣਾ ਠੀਕ ਵਧੀ ਨਾ ਠੀਕ ਠਾਕ ਅੱਲਾ ਦਾ ਸ਼ੁਕਰ ਹੈ ਅੱਜ ਮਾਰ ਸਾਹਿਬ ਕਿਸ ਪਸਰ ਖੈਰ ਹੈ ਬਸ ਯਾਰ ਮੈਂ ਵੈਸੇ ਇਰਾਦਾ ਬਣ ਕੇ ਨਿੱਕੇ ਦੀ ਸ਼ਾਦੀ ਕਰਨ ਦਾ ਕੋਈ ਮੈਂ ਤੇ ਮਾਰ ਸਾਹਿਬ ਦੇ ਜ਼ਹਿਨ ਕੋਈ ਰਿਸ਼ਤਾ ਮਿਸਾ ਹੋ ਜਾ ਦਸੇ ਸੀ ਆਪ ਤਾਂ ਮਾਰ ਸਾਹਿਬ ਢੇਰ ਹਨ ਅੱਛਾ ਹੁਣ ਤੁਸਾਂ ਦੱਸੋ ਵਾਲ ਕਰਵਾਉਂ ਕੋਈ ਸ਼ਾਦਾ ਮਾਦਾ ਹਾਂ ਯਾਰ ਛੁਰ ਤੰਗ ਤੀ ਦੀ ਵਦੇ ਕੋਈ ਰਿਸ਼ਤਾ ਗੁਰਵਾਈ ਦਿਆ ਬਾਈ ਬਾਈ ਇੱਥੇ ਆ ਬਾਈ ਗੁਰਵਾਲ ਕੋਈ ਸੁਣ ਕੇ ਹਾਂ ਪੁੱਤਰ ਤੇ ਕੋ ਮਨਜ਼ੂਰ ਹੈ ਸ਼ਾਦੀ ਤੇਰੀ ਕਰੂੰ ਨਾ ਕਰੂੰ ਪੁੱਤਰ ਚਾਰ ਅੱਛਾ ਅਬੇ ਕੋ ਆ ਕੋ ਤੇਰੀ ਕੋ ਸ਼ਾਦੀ ਕਰਵਾਵੇ ਸ਼ਾਦੀ ਕਾ ਚਾਰ ਦੇ ਤੱਕ ਮੈਂ ਨਾ ਦੱਸੇਂਦਾ ਪਿਆ ਸੇ ਬਈ ਹੈ ਟੈਡੀ ਬਈ ਹੈ ਕੰਨ ਪਟੇਲੀ ਬਈ ਹੈ ਬੜੇ ਬਈ ਹੈ ਬੜੇ ਅੱਛਾ ਇਹ ਦੇਸੀ ਦਾ ਰੇਟ ਅੱਜ ਕੱਲ ਕੀ ਚੱਲਦਾ ਪਿਆ ਦੇਸੀ 5 ਲੱਖ